ਆ ਪਰਵਚ ਵਾਸਤੇ 50 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਪੁਲੇਖਾ ਟੀਵੀ ਤੁਹਾਡਾ ਮਨਪਸੰਦ ਪੁਲੇਖਾ ਟੀਵੀ ਤੇ ਉਸ ਪੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡਾ ਸੇਵਕ ਤੁਹਾਡੀ ਸੇਵਾ ਲਈ ਅੱਜ ਦਿਲ ਕਰਦਾ ਹੈ ਕਿ ਆਪਣੇ ਗਰੀਬਾਂ 'ਚ ਥੋੜੀ ਜਿਹੀ ਚਾਤੀ ਮਾਰੀ ਜਾਏ ਬਹੁਤੀ ਨਹੀਂ ਨਹੀਂ ਤੇ ਪਾਰਟੀ ਬੁਨੇ ਨਜ਼ਰ ਆ ਜੇ ਗੱਲ ਇਹ ਹੈ ਕਿ ਸਰਜਿਤ ਸਰ सय्यद ਸਾਹਿਬ ਨੇ فرمایا ਕਿ ਆਖਿਆ ਸਰ सय्यद अहमद खान साहब ਨੇ فرمایا ਤੇ اردو ਵਿੱਚ فرمایا ਹਾਲਾਂਕਿ ਇਹ ਗੱਲ ਉਹਨਾਂ ਤੋਂ ਪਹਿਲਾਂ ਸਦੀਆਂ ਪਹਿਲਾਂ ਪੰਜਾਬ ਦੇ ਸੂਫੀ ਬਾਬੇ ਫਰਮਾ ਚੁਕੇ ਸਨ ਉਹ ਫਰਮਾਉਂਦੇ ਸਨ ਕਦੀ ਇਹ ਨਾ ਵੇਖੋ ਗੱਲ ਕੌਣ ਕਰ ਰਿਹਾ ਹੈ ਹਮੇਸ਼ਾ ਇਹ ਵੇਖੋ ਗੱਲ ਕੀ ਕਰ ਰਿਹਾ ਹੈ ਤੇ ਹੁੰਦਾ ਕੀ ਹੈ ਉਹ ਇੰਜ ਕੇ ਪੰਜਾਬੀ ਪੋਇਟਰੀ ਦੀ ਪੰਜਾਬੀ ਸ਼ਾਇਰੀ ਦੀ ਇੱਕ ਬੜੀ ਸੋਹਣੀ ਕਿਤਾਬ ਹੈ ਤੇ ਉਹਦਾ ਨਾਂ ਹੈ ਅਲੜ ਕੁੜੀ ਦਾ ਪਿਆਰ ਉਸ ਪੋਇਟਰੀ ਦੇ ਵਿੱਚ ਉਸ ਕਿਤਾਬ ਦੇ ਵਿੱਚ ਇੱਕ ਮਈਆ ਸਾਡੀ ਤੇ ਕੋਈ ਸੁਣਦਾ ਨਹੀਂ ਕੀ ਕਹਿੰਦਾ ਮਈਆ ਕਹਿੰਦਾ ਕੋਈ ਸਾਈਕਲ ਚਲਾਈ ਜਾਂਦਾ ਕੋਈ ਸਾਈਕਲ ਚਲਾਈ ਜਾਂਦਾ ਸਾਡੀ ਤੇ ਸੁਣਦਾ ਨਹੀਂ ਬਸ ਆਪਣੀ ਵਗਾਈ ਜਾਂਦਾ ਉਹਨੇ ਇਸ ਮਈਆ ਦੀ ਕੀ تشریح ਹੈ ਇਹ ਤੁਸੀਂ ਬਿਹਤਰ ਜਾਣਿਓ ਮੈਨੂੰ ਤੇ ਇਨਾ ਪਤਾ ਹੈ ਕਿ ਅਸੀਂ ਆਪ ਜੋ ਕੁਝ ਫਰਮਾਣੇ ਆ ਅਸੀਂ ਨਹੀਂ ਚਾਹਦੇ ਕਿ ਕੋਈ ਹੋਰ ਵੀ ਉਸ ਤੋਂ ਕੋਈ ਚੰਗੀ ਗੱਲ ਫਰਮਾਏ ਉਹਨੂੰ ਹੁੰਦਾ ਕੀ ਹੈ ਕਿ ਸਾਡੇ ਰੰਗੇ ਨੌਜਵਾਨ ਬਲਕੇ ਜਵਾਨ ਬਰਬਾਦ ਜਵਾਨੀ ਵਾਲੇ ਜਵਾਨ ਸਾਰਾ ਦਿਨ ਪੁੰਝੇ ਬੈ ਕੇ ਉਥੇ ਯਾਰਾਂ ਬੇਲੀਆਂ ਦੇ ਨਾਲ ਚਾਰੀ ਖੇਡਦੇ ਨੇ 12 ਬੀਟੀ ਖੇਡਦੇ ਨੇ ਤੇ ਉੱਚੀ ਉੱਚੀ ਗਾਉਂਦੇ ਨੇ ਕੀ ਗਾਉਂਦੇ ਨੇ ਜਿਵੇਂ ਅਦਰ ਸਿਗਰਟ ਪਈ ਐ ਕਿਸੇ ਦੇ ਅਦਰ ਸਿਗਰਟ ਪਈ ਐ ਕੋਈ ਹੋਕੇ ਤੇ ਨਾੜ ਫੜ ਕੇ ਬੈਠਾ ਐ ਤੇ ਗਾਰੇ ਸਾਰੇ ਗਾਰੇ ਨੇ ਕੋਰਸ ਵਿੱਚ ਗਾਰੇ ਨੇ ਸੋਲੋ ਨਹੀਂ ਇਕੱਠੇ ਗਾਰੇ ਨੇ ਗਾਰੇ ਨੇ ਆਏਗਾ ਪਾਨ ਦਾਨ ਸਾਡੀ ਸੱਦ ਜਾਨ ਖਾਵਾਂਗੇ ਪਾਨ ਭਾਵੇਂ ਦੰਦ ਟੁੱਟ ਜਾਣ ਫੇਰ ਮੋੜ ਮੌਜਾਂ ਹੀ ਮੌਜਾਂ ਤੇ ਅਸੀਂ ਮੋਜ ਮਸਤੀ ਚ ਲਹਿਰਾਂਦੇ ਹੋਏ ਆਂ ਗਾंदे ਹੋਏ ਆਂ ਜਦੋਂ ਘਰ ਵੜਦੇ ਆਂ ਸਾਡਾ ਟਰੈਕ ਬਦਲ ਜਾਂਦਾ ਅਸੀਂ ਇੱਕ ਲੇਨ ਤੋਂ ਦੋਈ ਲੇਨ ਤੇ ਚੜ ਜਾਂਦੇ ਆਂ ਪਿਆਰ ਵਾਲੀ ਲੇਨ ਪੁੱਲ ਜਾਂਦੀ ਆ ਤੇ ਗੁੱਸੇ ਵਾਲੀ ਲੇਨ ਤੇ ਸਾਡਾ ਪਾਵਸਾ ਇੰਜਣ ਛਗਾ ਛਕ ਛਗਾ ਛਕ ਬਗਿਆ ਜਾਂਦਾ ਐ ਭੋਲ ਜੀ ਬੂਏ ਅੱਗੇ ਪਹੁੰਚੇ ਠੁੱਡਾ ਮਾਰ ਕੇ ਬੂਆ ਖੋਲਿਦਾ ਬੂਆ ਖੁੱਲ ਜਾਂਦਾ ਅੱਗੇ ਵੇਖਣੇ ਤੇ ਪੱਖਾ ਚੱਲ ਰਿਹਾ ਹੁੰਦਾ ਗੌਰ ਨਾਲ ਵੇਖਦੇ ਚੱਲ ਵੀ ਰਿਹਾ ਕਿ ਨਹੀਂ ਚੱਲ ਰਿਹਾ ਲੇਕਿਨ ਲੱਗਦਾ ਇੱਕ ਪੱਖਾ ਚੱਲ ਰਿਹਾ ਹਾਲਾਂਕਿ ਪੱਖਾ ਨਹੀਂ ਚੱਲ ਰਿਹਾ ਹੁੰਦਾ ਤੇ ਅਸੀਂ ਸੋਚਦੇ ਆਂ ਅਸੀਂ ਸਾਰਾ ਦਿਨ ਯਾਰ ਉੱਥੇ ਪੁੰਜੇ ਬੈ ਕੇ ਰੁੱਖਾਂ ਦੇ ਛਾਂ ਥਲੇ ਬੈ ਕੇ ਜ਼ਲੀਨ ਹੋਇਆ ਤੇ ਇੱਥੇ ਪੱਖੇ ਚੱਲ ਰਹੇ ਨੇ ਪਤਾ ਨਹੀਂ ਬਜੂ ਦਾ ਬਿੱਲ ਇਹਨਾਂ ਦੇ ਪਿਓ ਨੇ ਦੇਣਾ ਹੈ ਜਾਂ ਇਹਨਾਂ ਦੀ ਅੰਮਾ ਨੇ ਦੇਣਾ ਹੈ ਐਡੀ ਮਹਿੰਗੀ ਬਿਜਲੀ ਤੇ ਪੱਖਾ ਚਲਾ ਕੇ ਬੈਠੇ ਨੇ ਤੇ ਪੱਖਾ ਬੰਦ ਗਲਤੀ ਨਾਲ ਜਦ ਨਿਆਣਾ ਸਾਹਮਣੇ ਆ ਗਿਆ ਤੇ ਸਾਡਾ ਪਰ ਕੁਝ ਥੋੜਾ ਜਾਂ ਭਾਜੀ ਡਬਲ ਹੋ ਜਾਂਦਾ ਅਸੀਂ ਕਹਿੰਦੇ ਗੱਲ ਸੁਣ ਕਦੀ ਕਿਤਾਬਾਂ ਨੂੰ ਵੀ ਹੱਥ ਲਾ ਲਿਆ ਕਰ ਅੱਗੇ ਹੀ ਨੰਬਰ ਬੜੇ ਥੋੜੇ ਆਣ ਲੱਗੇ ਨੇ ਇਸ ਦੁਨੀਆ ਦੇ ਵਿੱਚ ਨੰਬਰ ਪੂਰੇ ਲੈ ਕਿਤਾਬਾਂ ਨੂੰ ਹੱਥ ਲਾ ਤੇ ਨਿਆਣਾ ਸੋਚਦਾ ਅੱਜ ਫੇਰ ਅੱਬਾ ਜੀ ਦੀ ਤਬੀਅਤ ਠੀਕ ਨਹੀਂ ਲੱਗਦੀ ਜਿੱਦ ਦਿਨ ਸੈਲਰੀ ਲੱਗੀ ਅੱਬਾ ਜੀ ਦੇ ਦਿਮਾਗ ਦਾ ਮੁਆਇਨਾ ਕਰਾਣਾ ਪਏਗਾ ਐਸ ਲਈ ਕਿ ਨੰਬਰਾਂ ਦਾ ਦੌਰ ਨਹੀਂ ਰਿਹਾ ਇਹ ਪੁਆਇੰਟਸ ਦਾ ਦੌਰ ਹੈ ਤੇ ਸਾਨੂੰ ਅੱਬੇ ਕੋਲੋਂ ਜ਼ਿਆਦਾ ਪਤਾ ਹੈ ਕਿ ਅਸੀਂ ਪੁਆਇੰਟਸ ਕਿਵਲਿਆਂ ਨੇ ਤਾਈਂ ਤੋਂ ਸਾਈ ਸਾਰੀ ਰਾਤ ਅਸੀਂ ਇਹ ਡਿਕਸ਼ਨੀਆਂ ਜਿਹੜੀਆਂ ਮੋਟੀਆਂ-ਮੋਟੀਆਂ ਕਿਤਾਬਾਂ ਪੜ-ਪੜ ਕੇ ਫਾਵੇ ਹੋ ਜਾਂਦੇ ਆ ਪਰ ਅੱਬਾ ਬੇਖਬਰ ਹੈ ਜਿਵੇਂ ਸਾਡੇ ਲੀਡਰ ਮਹਿੰਗਾਈ ਤੋਂ ਬੇਖਬਰ ਨੇ ਜੀ ਵੀ ਉਹਨਾਂ ਨੂੰ ਪਤਾ ਨਹੀਂ ਕਿ ਅਸੀਂ ਜੀ ਵੀ ਰਹੇ ਆ ਜਾਂ ਮਰ ਰਹੇ ਆ ਜਾਂ ਨਬਜ਼ ਚੱਲ ਰਹੀ ਹੈ ਤੇ ਆਵਾਜ਼ ਇੱਕੋ ਹੀ ਆਂਦੀ ਹੈ ਸੋਨਿਓ ਮਾਰੋਂਗੇ ਸੋਨਿਓ ਮਾਰੋਂਗੇ ਔਰ ਉਸ ਤੋਂ ਪਹਿਲਾਂ ਸੋਨਿਓ ਤੱਕੋਂਗੇ ਜਾਂ ਮਾਰ ਛੁੱਟੋਂਗੇ ਜਾਂ ਫਿਰ ਵਿਚੇ ਲਟਕਾਉਂਗੇ ਪਰ ਆਪਣੇ ਸਾਹ ਕਾਬੂ ਰੱਖਿਆ ਜੇ ਜਦ ਤੱਕ ਸਾਨੂੰ ਵੋਟ ਨਹੀਂ ਪਾ ਲੈਂਦੇ ਉਹਨ ਰੌਲਾ ਇਹ ਹੁੰਦਾ ਨਿਆਣਾ ਇੱਕ ਭਗਤ ਗਿਆ ੜਿਕੇ ਚੜ ਚੰਦੇ ਦੂਆ ਨਿਆਣਾ ਤੇ ਸਾਡਾ ਪਾਈ ਹੋਰ ਵੀ ਉਸੇ ਵਿੱਚ ਆ ਜਾਂਦਾ ਹੈ ਸਾਡਾ ਪਾਰਾ ਹੋਰ ਥੋੜਿਆ ਚੜ ਜਾਂਦਾ ਹੈ ਪਹਿਲੇ ਹਾਈ ਸੀ ਹੁਣ ਜਰਾ ਡਬਲ ਹਾਈ ਹੋ ਜਾਂਦਾ ਉਹਦੀ ਸ਼ਕਲ ਵੇਖਦੇ ਆ ਸਾਨੂੰ ਬੁਖਾਰ ਚੜ ਜਾਂਦਾ ਤੇ ਅਸੀਂ ਚੀਕਨੇ ਆ ਓਏ ਗੱਲ ਸੁਣ ਕੀ ਤੂੰ ਹਰੇ ਵੇਲੇ ਕੱਚਾ ਪਾਈ ਫਿਰਨਾ ਬੁਣਨ ਪਾਈ ਫਿਰਨਾ ਯਾਰ ਕੋਈ ਸ਼ਰੀਫਾ ਹੁਲਿਆ ਬਣਾ ਤੇ ਰੀ ਦਾੜੀ ਵੇ ਅਹੀਂ ਲੱਗਦਾ ਕੋਈ ਇਧਰ ਚੁੰਝ ਨਿਕਲੀ ਹੈ ਕੋਈ ਇਧਰ ਚੁੰਝ ਨਿਕਲੀ ਹੈ ਯਾਰ ਕੋਈ ਇਨਸਾਨ ਵਾਲੀ ਦਾੜੀ ਰੱਖ ਇਨਸਾਨ ਬਣ ਕੱਲ ਤੋਂ ਮੈਂ ਤੈਨੂੰ ਇਸ ਕੱਚੇ ਬਣਨ ਚ ਨਾ ਦੇਖਾ ਸਾਡੀ ਇੱਜ਼ਤ ਦਾ ਸਵਾਲ ਹੈ ਦੇ ਨਿਆਣਾ ਸੋਚਦਾ ਹੈ ਲੱਗਦਾ ਹੈ ਅੱਜ ਫੇਰ ਅੱਬਾ ਜੀ ਦੀ ਤਬੀਅਤ ਕੁਛ ਠੀਕ ਨਹੀਂ ਲੱਗਦਾ ਹੈ ਜਦੋਂ ਕਰੋਂਗੇ ਐਸੇ ਨੰਮੀ ਨੇ ਕੋਈ ਨਾ ਕੋਈ ਡੋਜ਼ ਦਿੱਤੀ ਹੈ ਪਾਰੀ ਡੋਜ਼ ਸਵੇਰ ਦੁਪਹਿਰ ਸ਼ਾਮ ਦੀ ਥਾਂ ਤੇ نو ਡੋਜ਼ਾ ਇੱਕੋ ਵਾਰੀ ਹਾਲਾਂਕਿ ਇੱਕ ਕੱਚਾ ਬੁਨੈਨ ਤੇ ਅੱਬਾ ਨੇ ਆਪ ਲੰਡਰ ਦੀ ਰੈਡੀ ਤੋਂ ਬੜਾ ਫਰੋਲ ਫਰਾਲ ਕੇ ਬੜੇ ਸ਼ੌਕ ਨਾਲ ਮੇਰੇ ਲਈ ਲਿਆਂਦਾ ਸੀ ਨਿਆਣਾ ਇਹ ਸੋਚ ਕੇ ਜਾਂਦਾ ਹੈ ਦੁਖੀ ਹੋ ਕੇ ਜਾਂਦਾ ਹੈ ਤੇ ਅਦਰੋਂ ਬਲੜੀ ਆ ਸਾਹਮਣੇ ਆ ਜਾਂਦੀ ਹੈ ਉਸਾ ਸਾਡਾ ਪਹਿਲੇ ਡਬਲ ਹਾਈ ਸੀ ਉਹ ਟ੍ਰिपल ਹਾਈ ਹੋ ਜਾਂਦਾ ਹੈ ਫੌਰੀ ਉੱਚੀ ਉੱਚੀ ਚੀਕੀਦਾ ਹੈ ਗੱਲ ਸੁਣ ਕੀ ਤੂੰ ਹਰ ਵੇਲੇ ਇਹ ਪਜਾਮੇ ਪਾਈ ਫਿਰਨੀ ਹੈ ਕੁਸ਼ਰੀਫ ਵਾਲੇ ਕੰਮ ਕਰਿਆ ਕਰ ਸਾਡੀ ਇੱਜ਼ਤ ਦਾ ਸਵਾਲ ਹੈ ਸੁੱਥਨ ਕਮੀਜ਼ ਪਾਇਆ ਕਰ ਖਬਰਦਾਰ ਜੇ ਆਈਂਦਾ ਤੂਏ ਪਜਾਮਾ ਪਾਇਆ ਕੁੜੀ ਵਿਚਾਰੀ ਜੀ ਅੱਬਾ ਜੀ ਕਹਿ ਕੇ ਖਿਸਕ ਜਾਂਦੀ ਹੈ ਪਰ ਦਿਲ ਵਿੱਚ ਸੋਚਦੀ ਹੈ ਲੱਗਦਾ ਹੈ ਅੱਜ ਫੇਰ ਅੱਬਾ ਜੀ ਦੀ ਤਬੀਅਤ ਕੁਝ ਠੀਕ ਨਹੀਂ ਅਮੀ ਨੂੰ ਚਾਹੀਦਾ ਹੈ ਕਿ ਹੱਥ ਕੋਈ ਹੌਲਾ ਰੱਖਿਆ ਕਰਨ ਕਿਉਂਕਿ ਉਹਨਾਂ ਦਾ ਨਜ਼ਲਾ ਅੱਬੇ ਤੇ ਡਿੱਗਦਾ ਤੇ ਅੱਬਾ ਅਗੋ ਉਹ ਖੋਫ ਨਾ ਦਲਦਲਾ ਨਜ਼ਲਾ ਸਾਡੇ ਤੇ ਡੇਂਦੇ ਨੇ ਹਾਲਾਂਕਿ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਵਿਆਹ ਤੋਂ ਬਾਅਦ ਅੱਬਾ ਜੀ ਨੇ ਇਸ 70 ਦੀ ਗੱਲ ਹੈ ਕਿ ਬੜੇ ਸ਼ੌਕ ਦੇ ਨਾਲ ਇਹ ਫਲਾਪਰ ਪਜਾਮਾ ਤੇ ਨਿੱਕੇ ਦੀ ਸ਼ਰਟ ਅਮੀ ਵਾਸਤੇ ਲੈ ਕੇ ਆਂਦੀ ਸੀ ਤੇ ਸਾਨੂੰ ਕਹਿੰਦੇ ਆ ਪਜਾਮਾ ਨਾ ਪਾਓ ਆਪ 60 ਦੇ ਜ਼ਮਾਨੇ ਤੰਗ ਮਤਲਬ ਪਤਲੂ ਨਾ ਪਾਉਂਦੇ ਰਹੇ ਜਿੰਨੂੰ ਚੜਾਣ ਲਈ ਵਿੱਛੇ ਬੰਦੇ ਚਾਹੀਦੇ ਨੇ ਤੇ ਆਪ 70 ਦੇ ਵਿੱਚ ਉਹ ਪੈਂਟਾ ਪਾਉਂਦੇ ਰਹਿ ਐ ਡੀਆਂ ਡੀਆਂ 12 12 ਇੰਚ ਦੇ ਪਾਂਚੇ ਫਟਾਫਟ ਬਿਜਲੀ ਹੋਵੇ ਨਾ ਹੋਵੇ ਜਦੋਂ ਮਰਜ਼ੀ ਪਹੁੰਚਾ ਲਾਉ ਤੇ ਹਵਾ ਲੈ ਲਓ ਤੇ ਸਾਨੂੰ ਕਹਿੰਦੇ ਫੈਸ਼ਨ ਕੁਛ ਧਿਆਨ ਨਾਲ ਕਰਿਆ ਕਰ ਅਜੇ ਵਿਚਾਰੀ ਉਹ ਜਾਂਦੀ ਐ ਤੇ ਮੱਥੇ ਲੱਗਦੀ ਐ ਘਰ ਵਾਲੀ ਓਹ ਓਹ ਇਦਰੋਂ ਰੋਟੀ ਦਾ ਛੱਬਾ ਲਿਆ ਕੇ ਅੱਗੇ ਰੱਖਦੀ ਐ ਤੇ ਅਸੀਂ ਫੂਡ ਅਥਾਰਟੀ ਵਾਂਗੂ ਪਹਿਲੋ ਰੋਟੀ ਚੈੱਕ ਕਰਨੇ ਆ ਤੇ ਸੋਚਨੇ ਆ ਦੇਖਿਆ ਅੱਜ ਫੇਰ ਇਸਨੇ ਰੋਟੀ ਵਿੱਚ ਕਿਉਂ ਨਹੀਂ ਲਾਇਆ ਅੱਜ ਫੇਰ ਉਸਨੇ ਪਰਾਠਾ ਨਹੀਂ ਬਣਾਇਆ ਤੇ ਉਹਨੂੰ ਚੰਗਾ ਭਲਾ پتہ ਅਸੀਂ ਸੁੱਕੀ ਰੋਟੀ ਖਾਈਏ ਤੇ ਸਾਡੇ ਆਰਟੀਫੀਸ਼ਲ ਦੰਦ ਫੜਕ ਕੇ ਉਪਰਾਂ ਜਾ ਪੈਂਦੇ ਨੇ ਕੀ ਹੋ ਗਿਆ ਯਾਰ ਇਸ ਦੁਨੀਆ ਨੂੰ ਵਫਾ ਮੁੱਕ ਗਈ ਹੈ ਚੋਪੜੀ ਰੋਟੀ ਵੀ ਨਹੀਂ ਲੱਭਦੀ ਪਰਾਠਾ ਵੀ ਨਹੀਂ ਲੱਭਦਾ ਕਿੱਥੇ ਜਾਈਏ ਤੇ 20 ਜੀ ਜਦੋਂ ਪਾਣੀ ਦਾ ਗਲਾਸ ਲੈ ਕੇ ਆਂਦੀ ਹੈ ਸਾਡਾ ਪਰ ਕੁਝ ਹੋਰ ਹਾਈ ਹੋ ਜਾਂਦਾ ਹੈ ਅਸੀਂ ਕੰਧ ਵੱਲ ਮੁਹ ਕਰਕੇ ਸਾਮਰਾਜ ਨੂੰ 15 20 ਗਾਲਾਂ ਕੱਢੀ ਦਿਆਂ ਨੇ 15 20 ਗਾਲਾਂ ਕੱਢੀ ਦਿਆਂ ਨੇ ਤੇ ਬੇਗਮ ਪੁੱਛਦੀ ਹੈ ਸੋਹਣਿਆ ਹੁਣ ਕੀ ਹੋਇਆ ਤਉਨੂੰ ਆਖਿ ਦਿਆ ਮੈਂ ਥੋੜੇ ਜੀ ਸਾਮਰਾਜ ਦੀ ਕਲਾਸ ਲੈ ਰਿਆ ਸਾਂ ਕਿ ਉਸ ਨੇ ਖੰਡ ਦਾ ਰੇਟ ਵਧਾਤਾ ਹੈ ਉਸ ਨੇ ਆਟੇ ਦਾ ਰੇਟ ਵਧਾਤਾ ਹੈ ਉਸ ਨੇ ਬਾਕੀ ਸ਼ਾਵਾਂ ਦਾ ਖੁਰਦੋ ਨਿਸ਼ਦਾ ਰੇਟ ਵਧਾਤਾ ਹੈ ਤੇ ਕਰ ਵਾਲੀ ਮੁਸਕਰਾ ਕੇ ਸਿਰ ਹਿਲਾਉਂਦੀ ਹੈ ਤੇ دل ਵਿੱਚ ਸੋਚਦੀ ਹੈ ਅੱਛਾ ਤੇ ਹੁਣ ਇਹ ਗੱਲ ਹੈ ਨਿੱਕੇ ਦੇ ਅੱਬੇ ਨੇ ਅੱਜ ਤੋਂ ਮੇਰਾ ਨਵਾਂ ਨਾਂ ਸਾਮਰਾਜ ਵੀ ਰੱਖ ਦਿੱਤਾ ਹੈ ਪਰ ਚونکہ ਅਸੀਂ شریف ਲੋਕਾਂ ਅਸੀਂ ਇਹੋ ਜੇ ਸਾਮਰਾਜ ਦੇ ਅੱਗੇ ਖੁੱਲ ਖਲਾਕੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਨਹੀਂ ਮਾਰ ਸਕਦੇ ਇਸ ਲਈ ਚੁੱਪ ਕਰਕੇ ਉਹਦੀ ਸ਼ਕਲ ਵੇਖੀ ਤੇ ਸੋਚੀਦਾ ਹੈ ਕਿ ਹੋਰ ਕਿਸ ਤਰੀਕੇ ਦੇ ਨਾਲ ਮੈਂ ਆਪਣਾ ਗਮ ਉਹਸਾ ਆਪਣੀ ਬੜਾ ਉਸ ਕੱਢਾਂ ਕਿ ਪਤਾ ਲੱਗ ਜਾਏ ਇਹਨੂੰ ਕਿ ਅਸੀਂ ਕਿਸ ਮੂਡ ਦੇ ਵਿੱਚ ਇਹਨੂੰ ਪਤਾ ਹੀ ਨਹੀਂ ਕਿ ਅਸੀਂ ਚੰਗੇ ਭਲੇ ਸਾਰਾ ਦਿਨ ਗਾਦੇ ਰਹੇ ਸਾਂ ਕਿ ਆਏਗਾ ਪੰਦਾਨ ਖਾਵਾਂਗੇ ਪਾਨ ਭਵੇਂ ਦੰਦ ਟੁੱਟ ਜਾਣ ਫੇਰ ਮੋੜ ਮੌਜਾ ਹੀ ਮੌਜਾ ਪਰ ਉਸ خاتون ਨੂੰ ਪਰਵਾਹੀ ਨਹੀਂ ਤੇ ਉਹ خاتون ਸੋਚ ਰਹੀ ਹੁੰਦੀ ਹੈ ਕਿ ਮੈਂ ਨਰਸ ਉਸਤਾਨੀ ਜਾਂ ਹਾਊਸ ਵਾਈਫ ਬਣਨ ਦੀ ਬਜਾਏ ਸੰਸਥਾਨ ਨੂੰ ਜਿੱਤੇ ਕਿੰਨਾ ਚੰਗਾ ਸੀ ਕਮੋਸਕਮ ਦੋ ਦੀਆਂ ਤਰ੍ਹਾਂ ਜਿਵੇਂ ਦੁੱਧ ਆਜਾਦ ਕਰਦੇ ਨੇ ਪਾਣੀ ਦੇ ਨਾਲ ਮੈਂ ਵੀ ਪਾਣੀ ਦੇ ਨਾਲ ਕੋਈ ਖਿਓਸ਼ ਹੋ ਆਜਾਦ ਕਰ ਲੈਂਦੀ ਤੇ ਕਮ ਕਮ ਇਸ ਨੂੰ ਚੋਪੜੀ ਉਹੀ ਰੋਟੀ ਤੇ ਇਸ ਨੂੰ ਕੋਈ ਪਰਾਠਾ ਖਵਾ ਦਿੰਦੀ ਪਰ ਅਸੀਂ ਕਦੀ ਨਹੀਂ ਸੋਚਦੇ ਇਹ ਉਸ ਨਿਆਨੇਦੀ ਦੀ ਮਜਬੂਰੀ ਹੈ ਉਸ ਬਾਲੜੀ ਦੀ ਮਜਬੂਰੀ ਹੈ ਉਸ ਕਰ ਅਲੀ ਦੀ ਮਜਬੂਰੀ ਹੈ ਅਸੀਂ ਇਹ ਨਹੀਂ ਸੋਚਦੇ ਕਿ ਜਿਵੇਂ ਪੁਰਾਣੇ ਸਾਡੇ ਬਜ਼ੁਰਗ ਕਹੇ ਗਏ ਨੇ ਕਿ ਤੁਸੀਂ ਇਹ ਨਾ ਵੇਖੋ ਫਰਮਾਉ ਕੌਣ ਰਿਹਾ ਹੈ ਤੁਸੀਂ ਇਹ ਵੇਖੋ ਕਿ ਫਰਮਾ ਕੀ ਰਿਹਾ ਹੈ ਤੇ ਸਾਡੇ ਅੱਗੇ ਇੱਕੋ ਹੀ ਗੱਲ ਰਹਿ ਜਾਂਦੀ ਹੈ ਕਿ ਉਹ ਇਹ ਹੈ ਕਿ ਕੋਈ ਸਾਈਕਲ ਚਲਾਈ ਜਾਂਦਾ ਸਾਡੀ ਤੇ ਸੁਣਦਾ ਨਹੀਂ ਬਸ ਆਪਣੀ ਵਗਾਈ ਜਾਂਦਾ ਸਾਨੂੰ ਸਿਰਫ ਆਪਣਾ ਵਗਾਨ ਦੀ ਸ਼ੌਕ ਹੈ ਆਪਣੀ ਗੱਲ ਕੜਨ ਦੀ ਸੁਣਾਉਣ ਦਾ ਸ਼ੌਕ ਹੈ ਅਸੀਂ ਇਹ ਨਹੀਂ ਸੁਣਨਾ ਚਾਹੁੰਦੇ ਕਿ ਕੋਈ ਕੀ ਫਰਮਾ ਰਿਹਾ ਹੈ ਕਿਉਂ ਫਰਮਾ ਰਿਹਾ ਹੈ ਯਾਰ ਐਨੇ ਮਾਈਜ਼ਰੇਬਲ ਐਨੇ ਕੰਜੂਸ ਇਹ ਪੰਜਾਬ ਦੇ ਲੋਕ ਪਹਿਲੇ ਤੇ ਨਹੀਂ ਸੀ ਹੁਣ ਕੜਾ ਇਹਨਾਂ ਨੂੰ ਦੁਗਾੜਾ ਵਜੇ ਹਾਲਾਂਕਿ ਗੱਲ ਨਿੱਕੀ ਜਾਈ ਯਾਰ ਫਰੂਕਾ ਕੀ ਬਨੇਗਾ ਇਸ ਦੁਨੀਆ ਦਾ ਮੈਨੂੰ ਤੇ ਕੋਈ ਸਮਝ ਨਹੀਂ ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ ਕਹਾਣੀ ਬੰਨੇ ਲਾਓ ਗੱਲ ਨਿੱਕੀ ਜਾਈ ਯਾਰ ਫਰੂਕਾ ਕੀ ਬਨੇਗਾ ਇਸ ਦੁਨੀਆ ਦਾ ਗੱਲ ਨਿੱਕੀ ਜਾਈ